ਪਾਬੰਦੀਆਂ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਮਨ ਕੀ ਬਾਤ ਦੇ ਬਰਾਬਰ ਥਾਲੀਆਂ ਖੜਕਾਉਣ ਦੇ ਦਿੱਤੇ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਾਰੀ ਹੁੰਗਾਰਾ ਦਿੱਤਾ ਗਿਆ। ਇਸ ਦੇ ਚੱਲਦੇ ਫਗਵਾੜਾ ਦੇ ਬਲਾਕ ਕਾਂਗਰਸ ਦੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦੀ ਅਗਵਾਈ ਵਿੱਚ ਵੀ ਉਹਨਾਂ ਦੇ ਦਰਵੇਸ਼ ਪਿੰਡ ਵਿੱਚ ਵੀ ਮਨ ਕੀ ਬਾਤ ਦੇ ਦੌਰਾਨ ਪਿੰਡ ਵਾਸੀਆਂ ਵੱਲੋਂ ਥਾਲੀਆਂ ਖੜਕਾਈਆਂ ਗਈਆਂ, ਜਿਸ ਦੌਰਾਨ ਸੰਬੋਧਨ ਕਰਦੇ ਹੋਏ ਦਲਜੀਤ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਨ ਦੀ ਗੱਲ ਨਾ ਕਰਨ ਸਗੋਂ ਕਿਸਾਨਾਂ ਨਾਲ ਗੱਲ ਕਰਨ। ਉਹਨਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਅਸੀਂ ਫਿਰ ਮਨ ਕੀ ਬਾਤ 'ਚ ਉਹਨਾਂ ਦੀ ਗੱਲ ਕਿਉਂ ਸੁਣੀਏ। ਫਗਵਾੜਾ ਤੋਂ ਗਗਨ ਪੱਟੀ ਦੀ ਰਿਪੋਰਟ। ਬੜੇ ਦੁੱਖ ਨਾਲ ਕਿਹਾ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਬਦਕਿਸਮਤੀ ਨਾਲ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਕਰਨੀ ਆ, ਪਰ ਅਸੀਂ ਉਹਨਾਂ ਨੂੰ ਅੰਨ ਦੀ ਬਾਤ ਕਰਨੀ ਆ, ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾ ਵੀਰ ਮਜ਼ਦੂਰ ਆੜ੍ਹਤੀਏ 3-4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ। ਉਹਨਾਂ ਦੀ ਗੱਲ ਤਾਂ ਉਹ ਮਨ ਦੀ ਸੁਣ ਨਹੀਂ ਰਿਹਾ ਔਰ ਆਪਣੀ ਗੱਲ ਮਨ ਦੀ ਕਰ ਰਿਹਾ, ਕਿਉਂਕਿ ਉਹਨੇ ਲੋਕਾਂ ਨੂੰ ਮਨ ਦੀ ਬਾਤ ਕਰ ਕਰਕੇ ਗੁੰਮਰਾਹ ਕੀਤਾ, ਕਿਉਂਕਿ ਜਿਹੜੇ ਕਿਸਾਨ ਵੀਰ ਸਾਡੇ ਧਰਨਿਆਂ ਤੇ ਬੈਠੇ ਆ ਔਰ ਜਿਹੜੇ ਸਾਡੇ 35-40 ਸ਼ਹੀਦ ਹੋ ਗਏ ਆ ਭਰਾ ਬਜ਼ੁਰਗ ਮਾਵਾਂ ਭੈਣਾਂ, ਉਹਨਾਂ ਦੀ ਇੱਕ ਵੀ ਗੱਲ ਨਹੀਂ ਉਹਨੇ ਤਾਈਂ ਹਜੇ ਤਾਈਂ ਸੁਣੀ ਔਰ ਨਾ ਇੱਕ ਸ਼ਬਦ ਬੋਲਿਆ ਹਮਦਰਦੀ ਦਾ। ਇਸ ਕਰਕੇ ਨਰਿੰਦਰ ਮੋਦੀ ਜਿਹੜੀ ਅੱਜ ਮਨ ਦੀ ਬਾਤ ਕਰ ਰਿਹਾ ਉਹਦੀ ਅਸੀਂ ਵਿਰੋਧਤਾ ਕੀਤੀ ਆ ਭਾਂਡੇ ਖੜਕਾ ਕੇ, ਕਿਉਂਕਿ ਭਾਂਡੇ ਤਾਂ ਖੜਕਾਉਂਦੇ ਆ ਜਿਹਦੇ ਪੱਲੇ ਕੱਖ ਨਾ ਹੋਵੇ। ਅਸੀਂ ਇਸ ਕਰਕੇ ਭਾਂਡੇ ਖੜਕਾਏ ਆ ਵੀ ਨਰਿੰਦਰ ਮੋਦੀ ਦੇ ਪੱਲੇ ਕੱਖ ਨਹੀਂ ਹੈਗਾ ਔਰ ਗੱਲਾਂ ਦੇ ਨਾਲ ਹੀ ਉਹ ਜਿਹੜਾ ਕੜਾ ਬਣਾ ਰਿਹਾ ਹੈ, ਕਿਉਂਕਿ ਸਾਡੇ ਕਿਸਾਨ ਵੀਰਾਂ ਦਾ ਜਿਹੜਾ ਸੰਘਰਸ਼ ਆ ਉਹ ਰੰਗ ਲੈ ਕੇ ਆਊਗਾ। ਅਸੀਂ ਕਿਸਾਨ ਵੀਰਾਂ ਦੇ ਨਾਲ ਆ ਔਰ ਕਿਸਾਨ ਵੀਰਾਂ ਦੇ ਕਰਕੇ ਹੀ ਜਿਹੜਾ ਸਾਡਾ ਭਾਰਤ ਕੀ ਪੂਰਾ ਇੰਟਰਨੈਸ਼ਨਲ ਜਿੰਨੇ ਵਰਲਡ ਦੀਆਂ ਕੰਟਰੀਆਂ ਉਹ ਆ ਔਰ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਰਹੀਆਂ, ਪਰ ਸਾਡੇ ਜਿਹੜੇ ਨਰਿੰਦਰ ਮੋਦੀ ਜੀ ਆ ਜਿਹੜੀ ਤਾਨਾਸ਼ਾਹੀ ਹਿਟਲਰ ਵਾਲੀ ਆ ਉਹਦੇ ਕੰਨ ਤੇ ਜੂ ਨਹੀਂ ਸਕਦੀ ਔਰ ਅੱਜ ਉਹਨੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਮਨ ਦੀ ਬਾਤ ਕਰਨੀ ਸੀ, ਪਰ ਅਸੀਂ ਉਹਨਾਂ ਅੰਨ ਦੀ ਬਾਤ ਕਰਨੀ, ਕਿਉਂਕਿ ਸਾਡਾ ਅੰਨਦਾਤਾ ਅੱਜ ਸੜਕਾਂ ਤੇ ਆ ਔਰ ਰੋਡਾਂ ਤੇ ਆ। ਇੰਨੀ ਠੰਡ ਆ, ਪੋਹ ਦਾ ਮਹੀਨਾ ਚੱਲ ਰਿਹਾ, ਦਸੰਬਰ ਦਾ ਮਹੀਨਾ ਔਰ ਇੰਨੀ ਠੰਡ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਬਿਨਾਂ ਛਾਤੋਂ ਧਰਨਿਆਂ ਦੇ ਬੈਠੇ ਆ। ਅਸੀਂ ਉਹਨਾਂ ਦੀ ਮਨ ਦੀ ਬਾਤ ਸੁਣੋ ਪ੍ਰਧਾਨ ਮੰਤਰੀ ਜੀ, ਤੁਹਾਡੀ ਕਿਸੇ ਨੇ ਨਹੀਂ ਮਨ ਦੀ ਬਾਤ ਸੁਣੀ, ਤੁਸੀਂ ਕਿਸਾਨਾਂ ਦੀ ਸੁਣੋ। ਕਿਸਾਨੇ ਸਾਡਾ ਅੰਨਦਾਤਾ, ਕਿਸਾਨੇ ਸਾਡਾ ਜਿਹੜਾ ਰੱਬ ਦਾ ਰੂਪ ਆ, ਕਿਉਂਕਿ ਉਹ ਦਿਨ ਰਾਤ ਮਿਹਨਤ ਕਰਕੇ ਸਾਰਿਆਂ ਦੇ ਪੇਟ ਭਰਦਾ। ਇਸ ਕਰਕੇ ਅਸੀਂ ਤੇਰੀ ਮਨ ਦੀ ਬਾਤ ਨਹੀਂ ਸੁਣਨੀ, ਤੂੰ ਕਿਸਾਨਾਂ ਦੀ ਗੱਲ ਸੁਣ ਔਰ ਅੰਨ ਦੀ ਗੱਲ ਸੁਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।